प्राप्तियां तुसी कीतियां, किन्नी कु मेहनत कीती, या कित्थे कमी रह गई? तुहाडे दे आंसर वाले तुसी पिछले एक साल तो साडे प्रिंसीपल सर ते स्कूल दे स्टाफ ने तुहाडे लई जो मेहनत कीती उहनां दा नतीजा अज निकलना है। स्कूल ने जिथे पढ़ाई दे खेत्र दे विच लगातार कोशिशां जारी रखियां उहदे नाल ही वख-वख फील्ड दे विच उस तों बाद दीआं पोजीशनां ने जिहड़ियां ਉਹ ਕਲਾਸਰੂਮ ਦੇ ਵਿੱਚ ਤੁਹਾਡੇ ਤੇ ਸਾਨੂੰ ਇਸ ਲਈ ਮਾਪਿਆਂ ਦਾ ਜਿਹੜਾ ਸੈਕਰੀਟਰੀ ਹੈ ਉਹ ਚਾਹੀਦਾ ਹੁੰਦਾ ਕਿਉਂਕਿ ਇੱਥੇ ਵਿਦਿਆਰਥੀਆਂ ਦੇ 6 ਘੰਟੇ ਗੁਜ਼ਾਰਦੇ ਨੇ ਸਾਰਾ ਘੰਟੇ ਨੇ ਉਹ ਆਪਣੇ ਘਰੇ ਜਿਹੜੇ ਵਿਦਿਆਰਥੀ ਨੂੰ ਗੁਜ਼ਾਰਦੇ ਨੇ ਤਾਂ ਅਸੀਂ ਉਮੀਦ ਕਰਾਂਗੇ ਕਿ ਜਿਹੜੇ ਮਾਪੇ ਇੱਥੇ ਅੱਜ ਬਹੁਤ ਸਾਰੇ ਬੱਚੇ ਅੱਜੀ ਕਲਾਸ ਤੋਂ ਬੱਚੇ ਸਕੂਲ ਹੋਣਗੇ ਤਾਂ ਸਾਡਾ ਉਹ ਸਾਥ ਦੇਣਗੇ ਸਾਡੇ ਸਟਾਫ ਜਿਹੜਾ ਹੈ ਆਪਣੇ ਬੱਚਿਆਂ ਨੂੰ ਆਪਾਂ ਹੋਰ ਅੱਗੇ ਲੈ ਕੇ ਜਾ ਸਕਦੇ ਹਾਂ ਤਾਂ ਕਿ ਜੇ ਕਿਸੇ ਵੀ ਮਾਤਾ ਪਿਤਾ ਦਾ ਕੋਈ ਵੀ ਇਲਾਕਾ ਹੈਗਾ ਤਾਂ ਅੱਜ ਸਾਨੂੰ ਇੱਥੇ ਉਹਨਾਂ ਦਾ ਸਵਾਗਤ ਹੈ ਸਾਨੂੰ ਦੇਖ ਕੇ ਜਾ ਸਕਦੇ ਨੇ ਤਾਂ ਹੁਣ ਸਮਾਂ ਜਿਹੜਾ ਕਾਫੀ ਹੋ ਗਿਆ ਵਿਦਿਆਰਥੀ ਜਿਹੜੇ ਕੰਪਲੇਂਟ ਕਰ ਰਹੇ ਨੇ ਤਾਂ ਇੱਥੋਂ ਆਪਾਂ ਜਿਹੜੇ ਵਿਦਿਆਰਥੀਆਂ ਨੇ ਆਪਣੀ ਕਲਾਸ ਦੇ ਵਿੱਚੋਂ ਪੋਜੀਸ਼ਨ ਹਾਸਲ ਕੀਤੀਆਂ ਨੇ ਪਹਿਲੀ ਦੂਸਰੀ ਤੀਸਰੀ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਆਪਾਂ ਇੱਥੋਂ ਸਨਮਾਨ ਅਤੇ ਸਤਿਕਾਰਯੋਗ साढ़े स्कूल दे विड़े च पहुंचे चेयरमैन सरदार बलजीत सिंह जी साढ़े सरपंच साहब बाबा सिंह जी धालीवाल उन्हां नाल आए श्री हरिंदर सिंह जी ते एसएमसी कमेटी दे साढ़े सरगर्म मैंबर बिंदर सिंह जी ते विद्यार्थियों दे सत्कारयोग मापे समूह स्टाफ मैंबर साहबान ते प्यारे विद्यार्थियों सब तो पहला सारिआं नूं सत श्री अकाल गुड मॉर्निंग। तुसीं सारे इत्थे आए हो अज दे दिन ते नतीजा वेखण लई तां जो अज दा दिन है ये बड़ा महत्वपूर्ण है किसी भी विद्यार्थी की जिंदगी दे विच जदों सैशन शुरू हुंदा है तां उदों तों ही असीं तुहानूं जिहड़ा हैगा इस दिन की याद करवाउण लग जांदे आ कि जो सारी मेहनत है इहदा नतीजा 31 मार्च नूं आपां देखणा है तां 31 मार्च दे दिन नूं ध्यान च रख के आपां पूरा साल मेहनत करदे आ ठीक है दिन रात एक करदे आ ते पेपर दिंदे आ ते अज जिहड़ा नतीजा है उह सारा तुहाडे सामणे आउणा है। सब तों पहलां तां मैं जिन्ने भी विद्यार्थी साडे अगलियां क्लासां दे विच प्रमोट होण जा रहे ने 6वीं तों 7वीं च होणे ने ਜਾਂ 7ਵੀਂ ਤੋਂ 8ਵੀਂ 'ਚ ਹੋਣੇ ਨੇ ਜਾਂ 9ਵੀਂ ਤੋਂ 10ਵੀਂ 'ਚ ਹੋਣੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਮਾਤਾ ਪਿਤਾ ਨੂੰ ਅਤੇ ਜਿਹੜੇ ਵਿਦਿਆਰਥੀਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਕਲਾਸ ਦੇ ਵਿੱਚੋਂ ਪਹਿਲੀ ਪੋਜੀਸ਼ਨ ਹੈ ਜਾਂ ਦੂਸਰੀ ਹੈ ਜਾਂ ਤੀਸਰੀ ਹੈ ਤਾਂ ਉਹ ਸਾਡੇ ਸਕੂਲ ਦੀ ਸ਼ਾਨ ਨੇ ਉਹ ਵਿਦਿਆਰਥੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਵਿਦਿਆਰਥੀ ਦੇ ਅੱਗੇ ਵੀ ਅਗਲੀਆਂ ਕਲਾਸਾਂ ਦੇ ਵਿੱਚ ਉਹ ਹੋਰ ਮੱਲਾਂ ਮਾਰਨਗੇ ਅਤੇ ਸਕੂਲ ਦਾ ਜੋ ਨਾਮ ਹੈ ਉਹ ਰੋਸ਼ਨ ਕਰਨਗੇ ਪੂਰੇ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ 8 ਸਕੂਲਾਂ ਦੇ ਵਿੱਚੋਂ ਜਿਹੜਾ ਆਪਣਾ ਸਕੂਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਉਹ ਚੁਣਿਆ ਗਿਆ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਆਪਣੇ ਅਧਿਆਪਕ ਸਹਿਬਾਨ ਨੇ ਜੋ ਮਿਹਨਤ ਕੀਤੀ ਹੈ ਇੱਥੇ ਪਿੰਡ ਵਾਸੀਆਂ ਦਾ ਪੰਚਾਇਤ ਦਾ ਨਗਰ ਦਾ ਜੋ ਸਹਿਯੋਗ ਰਿਹਾ ਜਿਹਦੇ ਕਰਕੇ ਆਪਾਂ ਇਸ ਸਕੂਲ ਨੂੰ ਇੰਨਾ ਵਧੀਆ ਬਣਾ ਸਕੇ ਹਾਂ ਕਿ ਇਹ ਅੱਜ ਪੰਜਾਬ ਦੇ ਨਕਸ਼ੇ 'ਤੇ ਹੈ ਅਤੇ ਆਪਣਾ ਸਕੂਲ ਆਫ ਐਵੀਡੈਂਸ ਲਈ ਚੁਣਿਆ ਗਿਆ। ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਊਗੀ ਕਿ ਆਪਣੇ ਕੋਲ ਸਕੂਲ ਆਫ ਐਵੀਡੈਂਸ ਦੇ ਵਿੱਚ ਆਪਾਂ ਨੂੰ 9ਵੀਂ ਕਲਾਸ ਲਈ ਸਿਰਫ 35 ਸੀਟਾਂ ਮਿਲੀਆਂ ਸੀਗੀਆਂ ਜਿਹਦੇ ਲਈ ਤਕਰੀਬਨ 900 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਾਈ ਸੀ 700 ਬੱਚਾ ਤਕਰੀਬਨ ਪੇਪਰ ਦੇ ਕੇ ਗਿਆ ਅਤੇ 700 ਦੇ ਵਿੱਚੋਂ 35 ਬੱਚਿਆਂ ਦੀ ਸਿਲੈਕਸ਼ਨ ਜਿਹੜੀ ਹੈਗੀ ਉਹ ਕੀਤੀ ਜਾਣੀ ਹੈ। ਤੁਸੀਂ ਕੰਪੀਟੀਸ਼ਨ ਦਾ ਪੱਧਰ ਉਹ ਦੇਖ ਸਕਦੇ ਹੋ ਕਿ 20 ਬੱਚਿਆਂ 'ਚੋਂ ਇੱਕ ਵਿਦਿਆਰਥੀ ਨੂੰ ਸਕੂਲ ਆਫ ਐਵੀਡੈਂਸ ਦੀ ਜਿਹੜੀ ਸੀਟ ਮਿਲਣੀ ਹੈ ਬਾਕੀ ਜਿਹੜੀਆਂ ਕਲਾਸਾਂ ਨੇ ਉਹ ਨੌਨ ਐਵੀਡੈਂਸ ਦੇ ਤਹਿਤ ਚੱਲਣਗੇ। ਸੋ ਇਸ ਸਕੂਲ ਆਫ ਐਵੀਡੈਂਸ ਦੇ ਅੰਡਰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਵੈਸੇ ਤਾਂ ਆਪਣੇ ਸਕੂਲ 'ਚ ਪਹਿਲਾਂ ਹੀ ਕੋਈ ਕਮੀ ਨਹੀਂ ਹੈ ਚਾਹੇ ਉਹ ਖੇਡਾਂ ਦਾ ਪੱਖ ਹੈ ਚਾਹੇ ਪੜ੍ਹਾਈ ਦਾ ਪੱਖ ਹੈ ਚਾਹੇ ਕੋਈ ਕਲਚਰਲ ਐਕਟੀਵਿਟੀ ਦਾ ਪੱਖ ਹੈ ਸਾਡੇ ਕੋਲ ਸਾਰੀਆਂ ਸਹੂਲਤਾਂ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾਂ ਹੀ ਹੈਗੀਆਂ ਨੇ ਪਰ ਸਕੂਲ ਆਫ ਐਵੀਡੈਂਸ ਦੇ ਅੰਡਰ ਜਿਹੜੀਆਂ ਹੋਰ ਸਹੂਲਤਾਂ ਨੇ ਉਹ ਵੀ ਦਿੱਤੀਆਂ ਜਾਣੀਆਂ ਨੇ ਜਿਹਦੇ ਵਿੱਚ 10ਵੀਂ 11ਵੀਂ ਦੇ ਜਿਹੜੇ ਵਿਦਿਆਰਥੀ ਨੇ
नॉन मैडिकल मैडिकल ने जो वर्ष के उन्होंने स्पैशल जो कंपीटिशन एग्जाम ने चाहे कोई अपना मैडिकल लाइन लिए है ज इंजीनियरिंग लाइन लिए है वो कोचिंग दी जानी है। स्कूल के जोड़े ग्राउंड ने इन्हों अपग्रेड किया जाना जी। सो सरकार दिया जो पॉलिसी है वो मुताबिक हर एक गेम लिए एक स्पैशल जोड़ा कोच है वो साढ़े स्कूल अवेलेबल रहेगा। तो जड़िया होर फैसिलिटीज ने लैबा ने साड़िया पहले ही बहुत वधिया ने इन्हों होर अपग्रेड जोड़ा वो किया जाना है। हर एक क्लासरूम के भी जोड़े प्रोजैक्टर्स ने पहला लगे हुए ने ऑनलाइन जी अपने को एजुकेशन है उन्होंने प्रमोट कर हर एक क्लासरूम के जोड़े प्रोजैक्टर्स ने के आर ने वो दिते जाने ने। लैब जड़िया ने उन्होंने पूरा जोड़ा समान है वो दिता जाना है। पहले ही हैगा लाइब्रेरी की अपग्रेडेशन होनी है बिल्डिंग की जी अपग्रेडेशन होनी है। सो वो काम जोड़ा अगले सैशन के भी कंप्लीट हो जाना है। सो जे भी विद्यार्थी इस टाइम अठवीं हो दसवीं हो मापिया बेनती है कि आप हूँ ही उन्होंने तैयारी करवाइए ताकि अगले साल जोड़ा है उन्होंने एडमिशन भी स्कूल ऑफ एमिनेंस के तहत इतने हो सके। विद्यार्थी ने वो जिला पद्धर तक गए थे स्टेट पद्धर तक भी साढ़े विद्यार्थियों को 15 to 20 विद्यार्थी कहते स्टेट लैवल दिन गेम्स ने उन्होंने भी स्कूलों ने एडमिशन हासिल की ने। कल्चरल एक्टिविटीज के जोड़ा साडा स्कूल है जिन्हें भी मतलब अपना स्टेट पद्धर से हो ही नहीं है। इन्हों क्लास इंचार्ज सरपंच प्लीज ना आ जा जोरदार तालियां यही एक हौसला होंगे दूसरे स्थान पर है अमृत कौर तालियां की आवाज नहीं कटनी चाहिए बेटा सिमरजोत कौर बच्चों नाल उन्होंने मापे आए ने प्लीज जरूर आओ। बच्चों के नाल उन्होंने पेरेंट्स आए ने तो प्लीज नाल आ जाए कर जी खुराक है ताड़िया की शायद नहीं आया इस लड़की ने जूडो के बड़िया वड्डिया मल्लां मारियां ने है गुरप्रीत सिंह मैं शर्मा कौर
किया है वेलकम सारे इन चार साहबान प्लीज क्लासा के चले जाए तो बच्चों के मापियां बेनती है कि बाकी विद्यार्थी जोड़े रह गए हैं उन्होंने रिजल्ट क्लासा के लै लेंगे।